ਸਤਿ ਸ਼੍ਰੀ ਅਕਾਲ ਜੀ ਮੈਂ ਨਿਹਾਰਿਕਾ ਐਮ ਸੀ ਪੀ ਪੀ ਚੈਨਲ 'ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੈਸ਼ਨ ਸਟਾਰਟ ਹੋਏ ਨੂੰ ਕੁਝ ਚਿਰ ਹੋ ਚੁੱਕਿਆ ਹੈ ਮੈਂ ਅੱਜ ਐਚ ਐਮ ਪੀ ਦੀ ਕੁੜੀਆਂ ਨਾਲ ਉਹਨਾਂ ਦੀ ਸਕੂਲ ਅਤੇ ਕਾਲਜ ਲਾਈਫ 'ਚ ਆਏ ਬਦਲਾਅ ਬਾਰੇ ਗੱਲ ਕਰਨ ਜਾ ਰਹੀ ਹਾਂ ਆਓ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ ਤੁਸੀਂ ਹੁਣੇ ਹੁਣੇ ਆਪਣੀ ਕਾਲਜ ਲਾਈਫ ਸਟਾਰਟਿੰਗ ਕੀਤੀ ਹੈ ਤੁਹਾਨੂੰ ਕੀ ਚੇਂਜਿਸ ਦੇਖਣ ਨੂੰ ਮਿਲੇ ਆਪਣੀ ਕਾਲਜ ਲਾਈਫ 'ਚ ਯੂਨੀਫਾਰਮ यूनिफॉर्म यार स्कूल में यूनिफॉर्म डालते हैं यहाँ पे तो ड्रेसेस तो आपको अच्छी लगती है ऐसे कपड़े डालना या नहीं यूनिफॉर्म ज़्यादा बेस्ट क्योंकि चुनना नहीं पड़ेगा सुबह टेंशन नहीं होती स्कूल लाइफ व्हाई क्योंकि उत्थे साडे फ्रेंड्स जिद्दां आपां शुरू तो रहे हो हैं आप छोटे हम तो इकट्ठे पगे हैं ता करके साडी ते दोवें ही बेस्ट सी है ना हां हम सब एंजॉय करते हैं एक्चुअली स्कूल भी कॉलेज भी दोनों बढ़िया बट ये है कि कॉलेज में आके हमने कई न्यू दोस्त मतलब अच्छे अच्छे दोस्त बनाए स्कूल में भी थे वो भी अभी अभी हमारे कांटेक्ट में है बट कॉलेज लाइफ भी अच्छी है स्कूल लाइफ क्यों नहीं कॉलेज लाइफ भी बढ़िया पर मैं कॉलेज लाइफ पहली है इसलिए स्कूल लाइफ बेस्ट सी क्यों क्योंकि स्कूल ਚ ਇੰਜੋਏ ਵੀ ਕਰਦੇ ਹੁੰਦੇ ਪੜ੍ਹਦੇ ਵੀ ਹੁੰਦੇ ਸੀ ਜੋ ਸਕੂਲ ਟਾਈਮ ਯਾਦ ਆਉਂਦਾ ਹੈ ਕਾਲਜ ਟਾਈਮ ਵਧੀਆ ਨਹੀਂ ਹੁੰਦਾ ਇੰਨਾ ਕੋਈ ਸਕੂਲ ਦੀ ਮੈਮਰੀ ਚਾਈਲਡਹੁੱਡ ਮੈਮਰੀ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੀ ਇੱਕ ਲਾਇਬ੍ਰੇਰੀ ਹੁੰਦੀ ਸੀ ਤੇ ਜਦੋਂ ਸਾਨੂੰ ਛੁੱਟੀ ਹੋਈ ਨਾ ਲਾਸਟ ਪੀਰੀਅਡ ਸੀ ਸਾਡਾ ਤੇ ਆਪਾਂ ਸਾਰੇ ਇਕੱਠੇ ਉਹ ਦਰਵਾਜ਼ੇ 'ਚ ਚੱਲੇ ਤੇ ਨਾਲ ਅਲਮਾਰੀ ਸੀਗੀ ਉਹ ਡੇਗ ਗਈ ਤੇ ਸਾਨੂੰ ਬਹੁਤ ਡਾਂਟ ਪਈ ਸੀ ਉਹ ਅਲਮਾਰੀ ਸਾਨੂੰ ਫਾਈਨ ਵੀ ਪਿਆ ਸੀ ਤੁਹਾਡੀ ਇੱਕ ਸਕੂਲ ਚਾਈਲਡਹੁੱਡ ਮੈਮਰੀ ਸਕੂਲ ਦੇ ਵਿੱਚ ਨਾ ਮਤਲਬ ਆਪਾਂ ਸਭ ਤੋਂ ਵੱਧ ਜਿੱਦਾਂ ਕਿ ਕਲਾਸਾਂ ਲੱਗਦੀਆਂ ਹੁੰਦੀਆਂ ਵਾ ਪੀਰੀਅਡ 'ਚ ਆਪਾਂ ਫਟਾਫਟ ਮਤਲਬ ਭੁੱਖ ਲੱਗਦੀ ਜੋ ਵੀ ਆ ਜਾਣ ਕੇ ਪਹਿਲਾਂ ਤਾਂ ਪਿੱਛੇ ਬਹਿਣਾ ਭਾਵੇਂ ਅੱਗੇ ਚੇਅਰਸ ਹੈਗੇ ਆ ਸੀਟ ਹੈਗੀ ਆ ਫਿਰ ਵੀ ਪਿੱਛੇ ਬਹਿਣਾ ਅਤੇ ਰੋਟੀ ਖਾਈ ਜਾਣੀ ਜਾਣ ਕੇ ਟੀਚਰ ਨੂੰ ਕਲਪਾਈ ਜਾਣਾ ਕਿ ਤੁਸੀਂ ਬੋਲੋ ਆਪਾਂ ਫਿਰ ਵੀ ਖਾਣੀ ਆ ਡੇਲੀ ਮੇਰੇ ਖਿਆਲ 'ਚ ਕਾਲਜ ਲਾਈਫ ਜ਼ਿਆਦਾ ਬੈਸਟ ਹੈ ਕਿਉਂਕਿ ਇਹਦੇ ਵਿੱਚ ਇੱਕ ਨਵੀਂ ਜਰਨੀ ਸਟਾਰਟ ਹੋ ਰਹੀ ਹੈ ਅਤੇ ਮਤਲਬ ਕਿ ਆਪਾਂ ਅੱਗੇ ਅੱਗੇ ਵਧਣ ਦੇ ਹਾਂ ਥੋੜ੍ਹੀ ਮਤਲਬ ਕਿ ਸੈਂਸ ਵੀ ਆ ਰਹੀ ਹੈ ਕਿੱਦਾਂ ਬਹਿਣਾ ਖਲਾਉਣਾ ਹੁੰਦਾ ਆਈ ਥਿੰਕ ਕਾਲਜ ਲਾਈਫ ਬੈਸਟ ਹੈ ਕਿਉਂ ਇੰਜੋਏ ਹੋ ਜਾਂਦਾ ਥੋੜ੍ਹਾ ਬਹੁਤ ਜਦੋਂ ਮਨ ਹੁੰਦਾ ਹੈ ਕਲਾਸਿਸ ਜਦੋਂ ਬੰਕ ਕਰਨੀ ਹੁੰਦੀ ਹੈ ਹੋ ਜਾਂਦੀ ਹੈ ਮੈਨੂੰ ਕਾਲਜ ਲਾਈਫ ਜ਼ਿਆਦਾ ਪਸੰਦ ਹੈ ਕਿਉਂ ਕਿਉਂਕਿ ਕਾਲਜ ਲਾਈਫ ਵਿੱਚ ਇੱਕ ਤਾਂ ਥੋੜ੍ਹਾ ਤੁਹਾਡਾ ਮਾਹੌਲ ਚੇਂਜ ਹੋ ਜਾਂਦਾ ਹੈ ਫਰੈਂਡਸ ਚੇਂਜ ਹੁੰਦੇ ਨੇ ਅਤੇ ਫਰੀਡਮ ਜ਼ਿਆਦਾ ਮਿਲ ਜਾਂਦੀ ਹੈ ਅਤੇ ਪ੍ਰੈਸ਼ਰ ਘੱਟ ਜਾਂਦਾ ਹੈ ਟੀਚਰਸ ਥੋੜ੍ਹਾ ਫਰੈਂਕ ਹੋ ਜਾਂਦੇ ਹੈ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਤੁਹਾਡੀ ਸਕੂਲ ਲਾਈਫ ਵਧੀਆ ਲੱਗਦੀ ਹੈ ਜਾਂ ਕਾਲਜ ਲਾਈਫ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ 'ਚ